ਪੰਜਾਬ 'ਚ ਕੋਵਿਡ 19 ਦੇ ਸੰਬੰਧ 'ਚ ਮਾਣਯੋਗ ਮੁੱਖ ਮੰਤਰੀ ਵੱਲੋਂ ਮਿਸ਼ਨ ਫਤਿਹ ਜਾਂ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਗਿਆ ਉਹ ਆਪਣੇ ਜ਼ਿਲ੍ਹਾ ਅਧਿਕਾਰੀਆਂ ਦੀ ਦਿਸ਼ਾ ਨਿਰਦੇਸ਼ ਦੇ ਮੁਤਾਬਕ ਸਾਡੇ ਅਸੀਂ ਅੱਜ ਵਰਕਰਸ ਨਾਲ ਜਿਹੜੇ ਕਿ ਫੀਲਡ ਦੇ ਵਿੱਚ ਸਾਡੇ ਕੰਮ ਕਰ ਰਹੇ ਆ ਉਹਨਾਂ ਨਾਲ ਅਸੀਂ ਮੀਟਿੰਗ ਕੀਤੀ ਅਤੇ ਉਹਨਾਂ 'ਚੋਂ ਕੁਛ ਨੂੰ ਅਸੀਂ ਜਿਹੜੇ ਕਿ ਕੰਮ ਕਰ ਰਹੇ ਹਾਂ ਉਹਨਾਂ ਨੂੰ ਸਨਮਾਨਿਤ ਕੀਤਾ ਬੈਜ ਲਿਆ ਕੇ ਅਤੇ ਇਹਨਾਂ ਦਾ ਜਿਹੜਾ ਹੁਣ ਕੰਮ ਹੈ ਇਹ ਘਰੋਂ ਘਰ ਹੀ ਸਾਡੀ ਆਸ਼ਾ ਵਰਕਰ ਜਾ ਕੇ ਸਰਵੇ ਕਰ ਰਹੀ ਹੈ ਜਿੱਥੇ ਕਿ ਹਰੇਕ ਘਰ ਦੇ ਵਿੱਚ ਜਾ ਕੇ ਕਿਸੇ ਵੀ ਪੇਸ਼ੈਂਟ ਨੂੰ ਕਿਸੇ ਨੂੰ ਕੋਈ ਸਿਮਟਮ ਮਿਲਦੇ ਹੈ ਤਾਂ ਹਸਪਤਾਲ 'ਚ ਲਿਆ ਕੇ ਅਸੀਂ ਉਹਨਾਂ ਦਾ ਟੈਸਟ ਕਰਵਾ ਰਹੇ ਹਾਂ। ਇਸ ਤੋਂ ਇਲਾਵਾ ਉਹ ਹਰੇਕ ਘਰ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹੈ ਜਿਵੇਂ ਕਿ ਹੱਥ ਧੋਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਜਾਂ ਮਾਸਕ ਤੋਂ ਬਿਨਾਂ ਬਾਹਰ ਨਾ ਨਿਕਲਣਾ, ਇਹ ਚੀਜ਼ਾਂ ਬਾਰੇ ਉਹਨਾਂ ਨੂੰ ਟਾਈਮ ਟਾਈਮ 'ਤੇ ਜਾਗਰੂਕ ਕਰ ਰਹੇ ਹਾਂ। ਅੱਜ ਸਿਵਲ ਹੋਸਪਿਟਲ ਗਿੱਦੜਵਾ ਵਿੱਚ ਸਿਵਲ ਹਾਊਸ ਦੇ ਸਟਾਫ ਨੂੰ SMO ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ ਮਿਸ਼ਨ ਫਤਿਹ ਦੇ ਤਹਿਤ। ਮਿਸ਼ਨ ਫਤਿਹ 'ਤੇ ਆਪਾਂ ਨੂੰ ਦੱਸਿਆ ਗਿਆ ਵੀ ਜਿਹੜੀ ਸਟਾਫ ਦਾ ਬੰਦਾ ਹੈ ਕੋਵਿਡ 19 ਬਹੁਤ ਵਧੀਆ ਕੰਮ ਕਰ ਰਿਹਾ ਅਤੇ ਲੋਕਾਂ ਨੂੰ ਅਵੇਅਰ ਕਰ ਰਿਹਾ। ਡੋਰ ਟੂ ਡੋਰ ਜਾ ਕੇ ਆਸ਼ਾ ਬਾਕੀ ਫੀਲਡ ਸਟਾਫ ਉਹ ਆਪਦਾ ਕੰਮ ਬਹੁਤ ਤਸੱਲੀ ਨਾਲ ਕਰ ਰਿਹਾ ਅਤੇ ਮਿਸ਼ਨ ਫਤਿਹ ਕਰਕੇ ਆਪਾਂ ਕਰੋਨਾ ਨੂੰ ਹਰਾਉਣਾ ਹੈ, ਪੂਰਾ ਅਵੇਅਰ ਕਰਨਾ ਲੋਕਾਂ ਨੂੰ ਕੋਵਿਡ 19 ਸੰਬੰਧੀ।